ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਪੁਲਿਸ ਦੀ ਕਿਰਕਰੀ ਦੀ ਜਿਹੜੀ ਕਿ ਤੇਜਿੰਦਰ ਪਾਲ ਬੱਗਾ ਦੇ ਕੇਸ ਦੇ ਵਿੱਚ ਹੋ ਗਈ ਹੈ ਆਖਰ ਇਹ ਕਿਰਕਰੀ ਹੋਈ ਕਿਉਂ ਹੈ ਕਿਸ ਦੇ ਵੱਲੋਂ ਕਤਾਹੀ ਵਰਤੀ ਗਈ ਹੈ ਸੌਖੀ ਭਾਸ਼ਾ ਦੇ ਵਿੱਚ ਤੁਹਾਨੂੰ ਸਾਰੀ ਗੱਲ ਸਮਝਾਵਾਂਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਵਜੋਤ ਸਿੰਘ ਸਿੱਧੂ ਸੁਖਜਿੰਦਰ ਸਿੰਘ ਰੰਦਾਵਾ ਪ੍ਰਗਟ ਸਿੰਘ ਡਾਕਟਰ ਧਰਮਵੀਰ ਗਾਂਧੀ ਇਹਨਾਂ ਦੇ ਵੱਲੋਂ ਭਗਵੰਤ ਮਾਨ ਨੂੰ ਕਿਹੜੀ ਸਲਾਹ ਦਿੱਤੀ ਗਈ ਹੈ ਤੁਹਾਨੂੰ ਉਹ ਵੀ ਦੱਸਾਂਗੇ ਆਰਟੀਆਈ ਦੇ ਜ਼ਰੀਏ ਇੱਕ ਵੱਡਾ ਖੁਲਾਸਾ ਹੋਇਆ ਭਗਵੰਤ ਮਾਨਤੇ ਸਵਾਲ ਉੱਠ ਗਏ ਕੀ ਪੰਜਾਬ ਦਾ ਪੈਸਾ ਭਗਵੰਤ ਮਾਨ ਦੇ ਵੱਲੋਂ ਅਜਾਈ ਉਡਾਇਆ ਜਾ ਰਿਹਾ ਹੈ ਇਹ ਸਵਾਲ ਕਿਉਂ ਉਠਿਆ ਇਹ ਤੁਹਾਨੂੰ ਸਾਰਾ ਕੁਝ ਦੱਸਾਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਤਜਿੰਦਰਪਾਲ ਸਿੰਘ ਬੱਗਾ ਕੇਸ ਤੋਂ ਕਰਦੇ ਹਾਂ ਤੇਜਿੰਦਰ ਪਾਲ ਸਿੰਘ ਬੱਗਾ ਬੀਜੇਪੀ ਦਿੱਲੀ ਦੇ ਲੀਡਰ ਨੇ ਜਿੰਨਾ ਤੇ ਸਮੇਂ-ਸਮੇਂ ਤੇ ਇਲਜ਼ਾਮ ਲੱਗਦੇ ਹੀ ਰਹਿੰਦੇ ਨੇ ਕਿ ਉਹਨਾਂ ਦੇ ਵੱਲੋਂ ਪੜਕਾਉ ਬਿਆਨਬਾਜ਼ੀ ਕੀਤੀ ਜਾਂਦੀ ਹੈ ਸਮਾਜ ਦੇ ਵਿੱਚ ਵੰਡੀਆਂ ਪਾਉਣ ਵਾਲੇ ਟਵੀਟ ਉਹਨਾਂ ਦੇ ਵੱਲੋਂ ਕੀਤੇ ਜਾਂਦੇ ਨੇ ਅਤੇ ਇਸੇ ਹੀ ਅਜੇ ਹੀ ਇੱਕ ਮਸਲੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਤਜਿੰਦਰ ਬੱਗਾ ਤੇ ਕੇਸ ਦਰਜ ਕੀਤਾ ਗਿਆ ਸੀ ਕਿ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੋਈ ਗਲਤ ਪੜਕਾਉ ਟਵੀਟ ਕੀਤਾ ਹੈ ਪੰਜਾਬ ਦੇ ਵਿੱਚ ਪਰਚਾ ਦਰਜ ਹੋਇਆ ਉਦੋਂ ਤੋਂ ਹੀ ਪੰਜਾਬ ਪੁਲਿਸ ਦੇ ਸਵਾਲ ਉੱਠ ਰਹੇ ਸਨ ਕਿ ਜੇਕਰ ਤੇ ਜਗENDER PAL BAGGA ਦਿੱਲੀ ਦੇ ਬੰਦੇ ਨੇ ਅਰਵਿੰਦ ਕੇਜਰੀਵਾਲ ਵੀ ਦਿੱਲੀ ਦੇ ਨੇ ਟਵੀਟ ਵੀ ਦਿੱਲੀ ਦੇ ਵਿੱਚ ਕੀਤਾ ਗਿਆ ਹੈ ਤਾਂ ਫਿਰ FIR ਪੰਜਾਬ ਦੇ ਵਿੱਚ ਦਰਜ ਕਿਉਂ ਕੀਤੀ ਗਈ ਹੈ ਉਦੋਂ ਪੰਜਾਬ ਪੁਲਿਸ ਨੇ ਕਿਹਾ ਕਿ ਕਿਸੇ ਬੰਦੇ ਨੇ ਆ ਕੇ FIR ਦਰਜ ਕਰਵਾ ਦਿੱਤੀ ਹੈ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਪਰ ਹੁਣ ਪੰਜਾਬ ਪੁਲਿਸ ਦੇ ਵੱਲੋਂ ਤਜਿੰਦਰਪਾਲ ਬੱਗਾ ਦੇ ਘਰੇ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਵੇਰੇ 8 ਤੋਂ 9 ਵਜੇ ਦੇ ਵਿਚਕਾਰ ਉਹਨਾਂ ਨੂੰ ਉਹਨਾਂ ਦੇ ਘਰ ਤੋਂ ਤਜਿੰਦਰਪਾਲ ਬੱਗਾ ਨੂੰ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕਰਕੇ ਉਹਨਾਂ ਨੂੰ ਵਾਪਸ ਪੰਜਾਬ ਲਿਆਂਦਾ ਜਾ ਰਿਹਾ ਸੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਰਸਤੇ ਦੇ ਵਿੱਚ ਹਰਿਆਣਾ ਪੁਲਿਸ ਦੇ ਵੱਲੋਂ ਕੁਰਕ ਖੇਤਰ ਦੇ ਕੋਲ ਪੰਜਾਬ ਪੁਲਿਸ ਦਾ ਕਾਫਲਾ ਰੋਕ ਲਿਆ ਗਿਆ ਅਤੇ ਉੱਥੇ ਹੀ ਤਜਿੰਦਰਪਾਲ ਬੱਗਾ ਅਤੇ ਪੰਜਾਬ ਦੇ ਅਧਿਕਾਰੀਆਂ ਨੂੰ ਰੋਕ ਲਿਆ ਗਿਆ ਰੋਕ ਕੇ ਥਨੇਸਰ ਥਾਣੇ ਦੇ ਵਿੱਚ ਸਾਰਿਆਂ ਨੂੰ ਲਜਾਇਆ ਗਿਆ ਨਾਲ ਦੀ ਨਾਲ ਤੇਜਿੰਦਰਪਾਲ ਸਿੰਘ ਬੱਗਾ ਅਤੇ ਨਾਲ ਹੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਥਾਣੇ ਲਜਾਇਆ ਗਿਆ ਅਤੇ ਸਾਰਿਆਂ ਨੂੰ ਉੱਥੇ ਥਾਣੇ ਹੀ ਬਿਠਾ ਲਿਆ ਗਿਆ ਉੱਥੇ ਪਹੁੰਚੀ ਦਿੱਲੀ ਪੁਲਿਸ ਅਤੇ ਦਿੱਲੀ ਪੁਲਿਸ ਦਾ ਇੱਕ ਵਫਦ ਤੇਜਿੰਦਰਪਾਲ ਬੱਗਾ ਨੂੰ ਹਰਿਆਣਾ ਤੋਂ ਵਾਪਸ ਦਿੱਲੀ ਵੱਲ ਨੂੰ ਲੈ ਗਿਆ ਇਸ ਤੋਂ ਬਾਅਦ ਜਾਣਕਾਰੀ ਦਿੱਤੀ ਗਈ ਕਿ ਦਿੱਲੀ ਪੁਲਿਸ ਦੇ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਕਿਡਨਾਪਿੰਗ ਦਾ ਇਸ ਦਰਜ ਕੀਤਾ ਗਿਆ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਤਜਿੰਦਰਪਾਲ ਸਿੰਘ ਬੱਗਾ ਨੂੰ ਕਿਡਨਾਪ ਕਰਕੇ ਦਿੱਲੀ ਤੋਂ ਪੰਜਾਬ ਲਿਆ ਰਹੇ ਸਨ ਅਤੇ ਦਿੱਲੀ ਪੁਲਿਸ ਨੇ ਹਰਿਆਣਾ ਪੁਲਿਸ ਨੂੰ ਫੋਨ ਕਰਕੇ ਕਿਹਾ ਇੱਕ ਸਰਚ ਵਾਰੰਟ ਦੇ ذریعے ਇਹ ਗੱਲ ਕਹੀ ਕਿ ਰਸਤੇ ਦੇ ਵਿੱਚ ਕਿਤੇ ਵੀ ਤਜਿੰਦਰਪਾਲ ਬੱਗਾ ਲੱਭਦਾ ਹੈ ਤਾਂ ਉਸ ਨੂੰ ਪੁਲਿਸ ਦੇ ਹਵਾਲੇ ਕਰਨਾ ਹੈ ਭਾਵ ਦਿੱਲੀ ਪੁਲਿਸ ਦੇ ਹਵਾਲੇ ਕਰਨਾ ਹੈ ਬਾਦ ਵਿੱਚ ਇਹ ਗੱਲ ਸਮਝ ਦੇ ਵਿੱਚ ਨਹੀਂ ਆਈ ਕਿ ਜੇਕਰ ਤੇਜਿੰਦਰਪਾਲ ਬੱਗਾ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਹਰਿਆਣਾ ਪੁਲਿਸ ਨੂੰ ਇਹ ਪਤਾ ਕਿਵੇਂ ਲੱਗ ਗਿਆ ਕਿ ਲੈ ਕੇ ਜਾ ਰਹੇ ਨੇ ਅਸੀਂ ਰਸਤੇ ਦੇ ਵਿੱਚ ਰੋਕਣਾ ਹੈ ਅਤੇ ਕਿਡਨਾਪਿੰਗ ਦਾ ਕੇਸ ਦਰਜ ਕਿਵੇਂ ਹੋ ਗਿਆ ਇਹ ਸਭ ਤੋਂ ਪਰਦਾ ਚੁੱਕਿਆ ਭਾਰਤ ਸਰਕਾਰ ਦੇ ਵਕੀਲ ਦਿੱਲੀ ਪੁਲਿਸ ਦੇ ਵਕੀਲ ਦੇ ਵੱਲੋਂ ਸਤਪਾਲ ਜੈਣ ਦੇ ਵੱਲੋਂ ਇਹ ਸਭ ਘਟਨਾ ਤੋਂ ਪਰਦਾ ਚੁੱਕਿਆ ਗਿਆ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਦਿੱਲੀ ਪੁਲਿਸ ਦੇ ਕੋਲ ਪਹੁੰਚੇ ਤ੍ਰਿਜਿੰਦਰ ਪਾਲ ਸਿੰਘ ਬੱਗਾ ਦੇ ਪਿਤਾ ਪ੍ਰਿਤਪਾਲ ਸਿੰਘ ਬੱਗਾ ਉਹ ਦਿੱਲੀ ਪੁਲਿਸ ਦੇ ਕੋਲ ਥਾਣੇ ਦੇ ਵਿੱਚ ਪਹੁੰਚੇ ਉਹਨਾਂ ਨੇ ਉੱਥੇ ਅਪਰਣ ਕਿਡਨਾਪਿੰਗ ਦਾ ਕੇਸ ਦਰਜ ਕਰਵਾਇਆ ਕਹਿੰਦੇ ਨੇ ਕਿ ਤ੍ਰਿਜਿੰਦਰ ਪਾਲ ਬੱਗਾ ਦੇ ਪਿਤਾ ਨੇ ਐਫ ਆਈ ਆਰ ਲਿਖਵਾਈ ਕਿ ਵੱਡੀ ਗਿਣਤੀ ਦੇ ਵਿੱਚ ਬੰਦੇ ਉਹਨਾਂ ਦੇ ਘਰੇ ਆਏ ਉਨ੍ਹਾਂ ਦੇ ਪਿਤਾ ਦੇ ਨਾਲ ਕੁੱਟਮਾਰ ਕੀਤੀ ਭਾਵਤਜਿੰਦਰਪਾਲ ਬੱਗਾ ਦੇ ਪਿਤਾ ਦੇ ਨਾਲ ਕੁੱਟਮਾਰ ਕੀਤੀ ਧੱਕਾਮੁਕੀ ਕੀਤੀ ਉਸ ਤੋਂ ਬਾਅਦ ਧੱਕੇ ਨਾਲ ਧੂਕੇ ਤਜਿੰਦਰ ਬੱਗਾ ਨੂੰ ਆਪਣੇ ਨਾਲ ਉਹ ਵਿਅਕਤੀ ਕਿਡਨਾਪ ਕਰਕੇ ਲੈ ਗਏ ਕਿਡਨਾਪਿੰਗ ਦਾ ਪਰਚਾ ਤਜਿੰਦਰਪਾਲ ਬੱਗਾ ਦੇ ਪਿਤਾ ਦੇ ਵੱਲੋਂ ਦਿੱਲੀ ਪੁਲਿਸ ਦੇ ਕੋਲ ਦਰਜ ਕਰਵਾਇਆ ਗਿਆ ਹੁਣ ਵਕੀਲ ਕਹਿੰਦੇ ਨੇ ਕਿ ਦਿੱਲੀ ਪੁਲਿਸ ਗਈ ਅਦਾਲਤ ਦੇ ਵਿੱਚ ਅਦਾਲਤ ਦੇ ਵਿੱਚੋਂ ਸਰਚ ਵਾਰੰਟ ਤੇਜਿੰਦਰਪਾਲ ਬੱਗਾ ਨੂੰ ਲੱਭਣ ਦਾ ਵਾਰੰਟ ਜਾਰੀ ਕਰਵਾਇਆ ਗਿਆ ਦਿੱਲੀ ਪੁਲਿਸ ਦੇ ਵੱਲੋਂ ਅਤੇ ਉਹੀ ਵਾਰੰਟ ਹਰਿਆਣਾ ਪੁਲਿਸ ਨੂੰ ਅਤੇ ਬਾਕੀ ਸੂਬਿਆਂ ਦੀਆਂ ਪੁਲਸਾਂ ਨੂੰ ਵੀ ਭੇਜ ਦਿੱਤਾ ਗਿਆ ਹਰਿਆਣਾ ਪੁਲਿਸ ਨੇ ਉਸੇ ਹੀ ਸਰਚ ਵਾਰੰਟ ਤੇ ਐਕਸ਼ਨ ਲੈਂਦਿਆਂ ਰਸਤੇ ਦੇ ਵਿੱਚ ਤੇਜਿੰਦਰਪਾਲ ਬੱਗਾ ਨੂੰ ਲੱਭ ਲਿਆ ਪੰਜਾਬ ਪੁਲਿਸ ਦੇ ਮੁਲਾਜ਼ਮ ਕਿਡਨਾਪ ਕਰਕੇ ਲੈ ਜਾ ਰਹੇ ਸਨ ਅਤੇ ਹਰਿਆਣੇ ਦੀ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਅਤੇ ਉਸ ਤੋਂ ਬਾਅਦ ਥਾਣੇ ਦੇ ਵਿੱਚ ਲੈ ਗਏ ਦਿੱਲੀ ਪੁਲਿਸ ਅਤਜੰਦਰਪਾਲ ਬੱਗਾ ਨੂੰ ਵਾਪਸ ਦਿੱਲੀ ਲੈ ਗਈ ਹੈ ਦਿੱਲੀ ਪੁਲਿਸ ਦੇ ਵਕੀਲ ਨੇ ਇਹ ਸਾਰੀ ਘਟਨਾ ਤੋਂ ਪਰਦਾ ਚੁੱਕ ਦਿੱਤਾ ਕਿ ਦਿੱਲੀ ਪੁਲਿਸ ਨੇ ਇਸ ਐਂਗਲ ਤੋਂ ਕੰਮ ਕੀਤਾ ਹੈ ਦਿੱਲੀ ਪੁਲਿਸ ਦੇ ਵਕੀਲ ਨੇ ਤਾਂ ਉਹਨਾਂ ਨੂੰ ਪੁਲਿਸ ਮੁਲਾਜ਼ਮ ਦੱਸਿਆ ਹੀ ਨਹੀਂ ਕਹਿੰਦੇ ਨੇ ਕਿ ਪ੍ਰਿਤਪਾਲ ਸਿੰਘ ਬੱਗਾ ਨੇ ਜਾਣਕਾਰੀ ਦਿੱਤੀ ਕਿ ਵੱਡੀ ਗਿਣਤੀ ਦੇ ਵਿੱਚ ਕੁਝ ਲੋਕ ਉਹਨਾਂ ਦੇ ਘਰ ਦੇ ਵਿੱਚ ਐਂਟਰ ਹੋਏ ਕੁੱਟਮਾਰ ਕਰਕੇ ਮੇਰੇ ਪੁੱਤਰ ਨੂੰ ਕਿਡਨਾਪ ਕਰਕੇ ਲੈ ਗਏ ਇਹੀ ਐਫ ਆਈ ਆਰ ਦੇ ਵਿੱਚ ਪ੍ਰਿਤਪਾਲ ਸਿੰਘ ਬੱਗਾ ਦੇ ਵੱਲੋਂ ਲਿਖਵਾਇਆ ਗਿਆ ਹੈ ਵਕੀਲ ਨੇ ਆਪਣੇ ਐਂਗਲ ਤੋਂ ਇਹ ਸਾਰੀ ਜਾਣਕਾਰੀ ਦਿੱਤੀ ਹੈ ਇਸ ਤੋਂ ਬਾਅਦ ਜਦੋਂ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਕਿਡਨਾਪਿੰਗ ਦਾ ਕੇਸ ਦਰਜ ਹੋ ਗਿਆ ਹਰਿਆਣਾ ਪੁਲਿਸ ਨੇ ਥਨੇਸਰ ਥਾਣੇ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬਿਠਾ ਕੇ ਰੱਖ ਲਿਆ ਆਉਣ ਨਹੀਂ ਦੇ ਰਹੇ ਸਨ ਪੰਜਾਬ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੰਜਾਬ ਸਰਕਾਰ ਦੇ ਵਕੀਲ ਮੁੱਖ ਵਕੀਲ ਜਿਨ੍ਹਾਂ ਨੂੰ ਕਿ ਐਡਵੋਕੇਟ ਜਨਰਲ ਆਫ ਪੰਜਾਬ ਕਿਹਾ ਜਾਂਦਾ ਏ ਅਨਮੋਲ ਰਤਨ ਸਿੱਧੂ ਉਹ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਕਿ ਸਾਡੇ ਬੰਦੇ ਛੱਡੋ ਅਤੇ ਤੇਜਿੰਦਰਪਾਲ ਬੱਗਾ ਨੂੰ ਸਾਡੇ ਹਵਾਲੇ ਕਰੋ ਅਤੇ ਕੋਰਟ ਦੇ ਵਿੱਚ ਇਹਨਾਂ ਦੋਨਾਂ ਧਿਰਾਂ ਦੇ ਵੱਲੋਂ ਦੋਨਾਂ ਕਿਉਂ ਤਿੰਨਾਂ ਹੀ ਧਿਰਾਂ ਦੇ ਵੱਲੋਂ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਗਈਆਂ ਅਨਮੋਲ ਰਤਨ ਸਿੱਧੂ ਨੇ ਜਾਣ ਕਰ ਦਿੱਤੀ ਕਿ ਪੰਜਾਬ ਪੁਲਿਸ ਦੇ ਵੱਲੋਂ ਕੁਝ ਵੀ ਗਲਤ ਨਹੀਂ ਕੀਤਾ ਗਿਆ ਕਿਡਨਾਪਿੰਗ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਏ ਏਜੀ ਦਾ ਕਹਿਣਾ ਹੈ ਕਿ ਪੰਜ ਵਾਰ ਨੋਟਿਸ ਭੇਜੇ ਗਏ ਤੇਜਿੰਦਰਪਾਲ ਬੱਗਾ ਨੂੰ ਕੇਸ ਦਰਜ ਹੋਇਆ ਸੀ ਪੰਜਾਬ ਦੇ ਵਿੱਚ ਪੰਜ ਵਾਰ ਸਮਨ ਭੇਜੇ ਗਏ ਪੰਜ ਵਾਰ ਦੇ ਵਿੱਚੋਂ ਇੱਕ ਵਾਰ ਵੀ ਤੇਜਿੰਦਰਪਾਲ ਬੱਗਾ ਨਹੀਂ ਪਹੁੰਚੇ ਪੁਲਿਸ ਥਾਣੇ ਦੇ ਵਿੱਚ ਪੇਸ਼ ਹੋਣ ਲਈ ਨਹੀਂ ਪਹੁੰਚੇ ਉਸ ਤੋਂ ਬਾਅਦ ਕਾਨੂੰਨੀ ਤੌਰ ਤੇ ਤਾਂ ਗ੍ਰਿਫਤਾਰੀ ਹੀ ਬਣਦੀ ਹੁੰਦੀ ਹੈ ਅਤੇ ਉਹੀ ਕੁਝ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਜਾਣ ਬੁਝ ਕੇ ਦਿੱਲੀ ਪੁਲਿਸ ਦੇ ਵੱਲੋਂ ਅਤੇ ਹਰਿਆਣਾ ਪੁਲਿਸ ਦੇ ਵੱਲੋਂ ਇਸ ਨੂੰ ਗਲਤ ਦੱਸਿਆ ਜਾ ਰਿਹਾ ਹੈ ਗਲਤ ਕੁਝ ਵੀ ਨਹੀਂ ਹੈ ਹਾਈ ਕੋਰਟ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਪੰਜਾਬ ਸਰਕਾਰ ਦੇ ਵੱਲੋਂ ਕੋਰਟ ਦੇ ਵਿੱਚ ਕਿ ਤਜਿੰਦਰਪਾਲ ਬੱਗਾ ਨੂੰ ਵਾਪਸ ਦਿੱਲੀ ਨਹੀਂ ਭੇਜਿਆ ਜਾਣਾ ਚਾਹੀਦਾ ਹੈ ਦਿੱਲੀ ਪੁਲਿਸ ਉਸ ਨੂੰ ਲੈ ਗਈ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਇਹ ਅਪੀਲ ਖਾਰਜ ਕਰ ਦਿੱਤੀ ਕਿ ਹਰਿਆਣੇ ਹੀ ਨਹੀਂ ਰੋਕਿਆ ਜਾ ਸਕਦਾ ਪੰਜਾਬ ਸਰਕਾਰ ਨੇ ਕਿਹਾ ਕਿ ਪੰਜਾਬ ਨਹੀਂ ਆਉਣ ਦੇਣਾ ਘਟੋ ਘਟ ਹਰਿਆਣੇ ਤਾਂ ਰੋਕੋ ਵਾਪਸ ਦਿੱਲੀ ਨਾ ਜਾਣ ਦਿਓ ਪਰ ਹਾਈ ਕੋਰਟ ਨੇ ਕਹਿ ਦਿੱਤਾ ਕਿ ਨਹੀਂ ਅਸੀਂ ਤੁਹਾਡੀ ਇਹ ਅਪੀਲ ਨਹੀਂ ਮੰਨ ਸਕਦੇ ਦਲੀਲਾਂ ਦਿੱਤੀਆਂ ਗਈਆਂ ਤਿੰਨ ਧਿਰਾਂ ਦੇ ਵੱਲੋਂ ਹਰਿਆਣੇ ਦੀ ਪੁਲਿਸ ਨੇ ਤਾਂ ਬਸ ਇੰਨਾ ਹੀ ਕਿਹਾ ਕਿ ਸਾਨੂੰ ਦਿੱਲੀ ਪੁਲਿਸ ਨੇ ਸਰਚ ਵਾਰੰਟ ਭੇਜਿਆ ਕਿ ਆਹ ਬੰਦਾ ਕਿਡਨਾਪ ਹੋਇਆ ਹੈ ਜਿੱਥੇ ਵੀ ਲੱਭਦਾ ਹੈ ਸਾਨੂੰ ਤੁਸੀਂ ਸੌਪ ਦੇਣਾ ਹੈ ਸਾਨੂੰ ਲੱਭ ਗਿਆ ਕੁਰਕਸ਼ੇਤਰ ਦੇ ਕੋਲ ਅਸੀਂ ਨਾਕਾ ਲਾਇਆ ਸਾਨੂੰ ਉਹ ਬੰਦਾ ਲੱਭ ਗਿਆ ਜਿਹੜਾ ਕਿਡਨਾਪ ਕੀਤਾ ਗਿਆ ਸੀ ਅਸੀਂ ਦਿੱਲੀ ਪੁਲਿਸ ਨੂੰ ਸੌਂਪ ਦਿੱਤਾ ਹੈ ਸਾਡਾ ਇਸ ਦੇ ਵਿੱਚ ਕੋਈ ਵੀ ਰੋਲ ਨਹੀਂ ਹੈ ਤੇ ਨਾਤਰਾਂ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਦਲੀਲਾਂ ਦਿੱਤੀਆਂ ਗਈਆਂ ਅਤੇ ਹੁਣ ਹਾਈ ਕੋਰਟ ਨੇ ਇਸ ਨੂੰ ਪੜਕੇ ਤੱਕ ਤੇ ਟਾਲ ਦਿੱਤਾ ਹੈ ਇਸ ਦੀ ਅਗਲੀ ਸੁਣਵਾਈ ਹੁਣ ਪੜਕੇ ਤੱਕ ਹੋਵੇਗੀ ਹੁਣ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਹਰਿਆਣੇ ਦੇ ਥਾਣੇ ਦੇ ਵਿੱਚ ਹੀ ਰਹਿਣਗੇ ਜੇਕਰ ਉਹਨਾਂ ਨੂੰ ਵਾਪਸ ਪੰਜਾਬ ਨਾ ਆਉਣ ਦਿੱਤਾ ਗਿਆ ਦਿੱਲੀ ਪੁਲਿਸ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਕੋਰਟ ਦੇ ਵਿੱਚ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਹਰਿਆਣਾ ਪੁਲਿਸ ਨੇ ਰੋਕ ਕੇ ਨਹੀਂ ਰੱਖਿਆ ਉਹ ਥਾਣੇ ਦੇ ਵਿੱਚ ਆਪੇ ਹੀ ਬੈਠੇ ਨੇ ਉਹਨਾਂ ਨੂੰ ਗ੍ਰਿਫਤਾਰ ਜਾਂ ਫਿਰ ਡਿਟੇਨ ਨਹੀਂ ਕੀਤਾ ਗਿਆ ਪੰਜਾਬ ਪੁਲਿਸ ਦੇ ਮੁਲਾਜ਼ਮ ਹਰਿਆਣਾ ਦੇ ਥਾਣੇ ਦੇ ਵਿੱਚ ਆਪਣੀ ਮਰਜ਼ੀ ਨਾਲ ਬੈਠੇ ਹੋਏ ਨੇ ਦਿੱਲੀ ਪੁਲਿਸ ਦੇ ਵਕੀਲ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇਹ ਬਿਆਨ ਦਿੱਤਾ ਗਿਆ ਇਹਦਾ ਮਤਲਬ ਹੈ ਕਿ ਹੁਣ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਹਰਿਆਣਾ ਦੇ ਥਾਣੇ ਦੇ ਵਿੱਚ ਬੈਠੇ ਹੋਏ ਨੇ ਉਹ ਵਾਪਸ ਵੀ ਆ ਸਕਦੇ ਨੇ ਜਾਂ ਫਿਰ ਭੜਕੇ ਸੁਣਵਾਈ ਤੋਂ ਬਾਅਦ ਹੀ ਵਾਪਸ ਆਉਣਗੇ ਪਰ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਪੰਜਾਬ ਸਰਕਾਰ ਦੀ ਪੰਜਾਬ ਸੂਬੇ ਦੀ ਅਤੇ ਪੰਜਾਬ ਪੁਲਿਸ ਦੀ ਰਾਜ ਕੇ ਕਿਰਕਰੀ ਇਸ ਘਟਨਾਕ੍ਰਮ ਨੇ ਕਰਵਾ ਦਿੱਤੀ ਹੈ ਕਿਉਂਕਿ ਇਸ ਦੇ ਪੂਰੇ ਮੁਲਕ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਤੇਜਿੰਦਰਪਾਲ ਬੱਗਾ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਅਤੇ ਉਹ ਢਕਾਉ ਬਿਆਨਾਂ ਨੂੰ ਲੈ ਕੇ ਕਾਫੀ ਜਾਣੇ ਜਾਂਦੇ ਨੇ ਉਹ ਅਜਿਹੀ ਬਿਆਨਬਾਜ਼ੀ ਹੀ ਕਰਦੇ ਨੇ ਜਿਨ੍ਹਾਂ ਨਾਲ ਜ਼ਿਆਦਾਤਰ ਲੜਾਈਆਂ ਹੀ ਹੁੰਦੀਆਂ ਨੇ ਉਹ ਬਦਨਾਮ ਨੇ ਇਦਾਂ ਕਹਿ ਸਕਦੇ ਆ ਇਸ ਕਰਕੇ ਉਹਨਾਂ ਤੇ ਹੁਣ ਪੂਰੇ ਭਾਰਤ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਜੇਕਰ ਪੰਜਾਬ ਪੁਲਿਸ ਬੱਗਾ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਈ ਆ ਤਾਂ ਅੱਗੇ ਕੀ ਬਣੇਗਾ ਹੁਣ ਜਦੋਂ ਪੰਜਾਬ ਪੁਲਿਸ ਦੇ ਹੀ ਇਹ ਸਾਰਾ ਕੁਝ ਪੁੱਠਾ ਪੈ ਗਿਆ ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਲੋਕਾਂ ਨੂੰ ਸਬਕ ਸਿਖਾਉਣ ਦੀ ਠਾਣੀ ਸੀ ਇੰਜ ਜਪਦਾ ਸੀ ਕਿ ਜਿਵੇਂ ਪੰਜਾਬ ਸਰਕਾਰ ਨੇ ਉਹਨਾਂ ਸਾਰੇ ਲੋਕਾਂ ਨੂੰ ਸਬਕ ਸਿਖਾਉਣ ਦੀ ਠਾਣੀ ਹੈ ਜਿਹੜੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਬੋਲਦੇ ਨੇ ਪਰ ਸਬਕ ਸਿਖਾਉਂਦਿਆਂ ਸਿਖਾਉਂਦਿਆਂ ਆਪਣੀ ਹੀ ਸੂਬੇ ਦੀ ਪੁਲਿਸ ਦੀ ਰਾਜਕੀ ਕਿਰਕਰੀ ਕਰਵਾ ਕੇ ਰੱਖ ਦਿੱਤੀ ਹੈ ਪੰਜਾਬ ਦੇ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਨੇ ਅਤੇ ਸੋਸ਼ਲ ਮੀਡੀਆ ਤੇ ਰਾਜਕੀ ਲਾਣਤਾ ਲੋਕਾਂ ਦੇ ਵੱਲੋਂ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਪਾਈਆਂ ਜਾ ਰਹੀਆਂ ਨੇ ਕਿ ਭਗਵੰਤ ਸਿੰਘ ਮਾਨ ਇਦਾਂ ਕਿਵੇਂ ਕਰ ਸਕਦੇ ਨੇ ਆਪਣੇ ਲੀਡਰ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਦੇ ਲਈ ਉਹ ਪੰਜਾਬ ਪੁਲਿਸ ਦੀ ਪੂਰੇ ਭਾਰਤ ਦੇ ਵਿੱਚ ਕਿਰਕਰੀ ਕਿਵੇਂ ਕਰਵਾ ਸਕਦੇ ਨੇ ਇੱਕ ਉਹ ਬੰਦਾ ਲੈਣ ਗਏ ਸਨ ਜਿਹੜਾ ਕਿ ਅਰਵਿੰਦ ਕੇਜਰੀਵਾਲ ਦੇ ਖਿਲਾਫ ਬੋਲਦਾ ਏ ਅਤੇ ਰਸਤੇ ਵਿੱਚ ਆਪਣੇ ਹੀ ਪੁਲਿਸ ਮੁਲਾਜ਼ਮਾਂ ਨੂੰ ਫੜਵਾ ਦਿੱਤਾ ਏ ਕਿਡਨਾਪਿੰਗ ਦੇ ਕੇਸ ਦੇ ਵਿੱਚ ਫਸਵਾ ਦਿੱਤਾ ਏ ਪੰਜਾਬ ਦੇ ਗ੍ਰਹਿ ਮੰਤਰੀ ਨੇ ਇਹ ਚੰਗਾ ਨਹੀਂ ਕੀਤਾ ਸੋਸ਼ਲ ਮੀਡੀਆ ਤੇ ਲੋਕਾਂ ਦੇ ਵੱਲੋਂ ਰੱਜ ਕੇ ਪੜਾ ਪੰਜਾਬ ਦੇ ਗ੍ਰਹਿ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਕੱਢੀ ਜਾ ਰਹੀ ਹੈ ਅੱਗੇ ਵਾਦਦੇ ਆ ਜੇਕਰ ਪੰਜਾਬ ਸਰਕਾਰ ਨੇ ਇੰਨੀ ਵੱਡੀ ਕਿਰਕਰੀ ਕਰਵਾ ਲਈ ਹੈ ਤਾਂ ਫਿਰ ਵਿਰੋਧੀ ਪਾਰਟੀਆਂ ਚੁੱਪ ਕਿਵੇਂ ਰਹਿਣਗੀਆਂ ਪੰਜਾਬ ਦੇ ਵੱਡੇ ਵੱਡੇ ਲੀਡਰਾਂ ਦੇ ਵੱਲੋਂ ਭਗਵੰਤ ਸਿੰਘ ਮਾਨ ਨੂੰ ਕੁਝ ਸਲਾਹਾਂ ਦੇ ਦਿੱਤੀਆਂ ਗਈਆਂ ਨੇ ਸ਼ੁਰੂਆਤ ਕਰਦੇ ਆ ਨਵਜੋਤ ਸਿੰਘ ਸਿੱਧੂ ਤੋਂ ਨਵਜੋਤ ਸਿੱਧੂ ਨੇ ਇੱਕ ਟਵੀਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਇਸ ਘਟਨਾ ਬਾਰੇ ਆਪਣਾ ਪੱਖ ਸਾਹਮਣੇ ਰੱਖਿਆ ਹੈ ਨਵਜੋਤ ਸਿੱਧੂ ਟਵੀਟ ਦੇ ਵਿੱਚ ਕਹਿੰਦੇ ਨੇ ਕਿ ਤੇਜਿੰਦਰ ਬੱਗਾ ਕਿਸੇ ਹੋਰ ਪਾਰਟੀ ਦਾ ਬੰਦਾ ਹੋ ਸਕਦਾ ਹੈ ਉਦੇ ਨਾਲ ਵਿਚਾਰਕ মতਪੇਦ ਹੋ ਸਕਦੇ ਨੇ ਪਰ ਜਿਹੜੀ ਸਿਆਸੀ ਬਦਲਾਖੂਰੀ ਹੈ ਜਿਹੜੀ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵੱਲੋਂ ਦਿਖਾਈ ਜਾ ਰਹੀ ਹੈ ਤਾਂ ਜੋ ਆਪਣੇ ਰਾਜਨੀਤਿਕ ਸਵਾਰਥ ਪੂਰੇ ਕੀਤੇ ਜਾ ਸਕਣ ਇਹ ਬਹੁਤ ਵੱਡਾ ਪਾਪ ਹੈ ਇਸ ਵੇਲੇ ਪੰਜਾਬ ਦੀ ਅਤੇ ਪੰਜਾਬ ਪੁਲਿਸ ਦੀ ਸਾਖ ਨੂੰ ਖਰਾਬ ਕਰਨਾ ਬੰਦ ਕਰਨਾ ਚਾਹੀਦਾ ਹੈ ભગવંત માન ਅਤੇ અરવિંદ ਕੇਜਰੀવાલ ਨੂੰ ਇਹ સલાહ ਇੱਥੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਦੇ ਦਿੱਤੀ ਗਈ ਹੈ ਗੱਲ ਜੇਕਰ ਪ੍ਰਗਟ ਸਿੰਘ ਦੀ ਕੀਤੀ ਜਾਵੇ ਤਾਂ ਉਹ ਕਹਿੰਦੇ ਨੇ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਬਹੁਤ ਦੁਖਦਾਈ ਦਿਨ ਹੈ ਜਦੋਂ ਕਿ ਕਿਡਨਾਪਿੰਗ ਵਰਗਾ ਕੇਸ ਪੰਜਾਬ ਪੁਲਿਸ ਦੇ ਪੈ ਗਿਆ ਹੈ ਉਹਨਾਂ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਭਗਵੰਤ ਮਾਨ ਜੀ ਪੰਜਾਬ ਪੁਲਿਸ ਇੱਕ ਕੋਈ ਤੁਸੀਂ ਔਜ਼ਾਰ ਨਾ ਸਮਝੋ ਕਿ અરવિંદ ਕੇਜਰੀਵਾਲ ਦੀਆਂ ਪੋਲਿਟੀਕਲ ਇੱਛਾਵਾਂ ਨੂੰ ਪੂਰਾ ਕਰਨ ਲਈ ਇਸ ਨੂੰ ਵਰਤਣਾ ਹੈ ਇਦਾਂ ਨਾ ਕਰੋ ਇਹ ਸਮਾਂ ਆ ਗਿਆ ਹੈ ਕਿ ਅਜਿਹੇ ਇਲੀਗਲ ਆਰਡਰ ਮੰਨਣ ਤੋਂ ਤੁਸੀਂ ਨਾ ਕਰ ਦਿਓ ਪ੍ਰਗਟ ਸਿੰਘ ਦੇ ਕਹਿਣ ਦਾ ਮਤਲਬ ਇਹ ਹੈ ਕਿ ਸਾਰੇ ਆਰਡਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੇ ਜਾ ਰਹੇ ਨੇ ਅਤੇ ਉਨ੍ਹਾਂ ਆਦੇਸ਼ਾਂ ਦਾ ਪਾਲਣ ਸੂਬੇ ਦੇ ਵਿੱਚ ਭਗਵੰਤ ਸਿੰਘ ਮਾਨ ਦੇ ਵੱਲੋਂ ਕੀਤਾ ਜਾ ਰਿਹਾ ਹੈ ਪਰ ਹੁਣ ਭਗਵੰਤ ਮਾਨ ਨੂੰ ਕੇਜਰੀਵਾਲ ਦੇ ਆਰਡਰ ਅਜਿਹੇ ਗੈਰ ਕਾਨੂੰਨੀ ਆਰਡਰ ਮੰਨਣ ਤੋਂ ਨਾ ਕਰ ਦੇਣੀ ਚਾਹੀਦੀ ਹੈ ਇਹ ਸਲਾਹ ਪ੍ਰਗਟ ਸਿੰਘ ਦੇ ਵੱਲੋਂ ਭਗਵੰਤ ਸਿੰਘ ਮਾਨ ਨੂੰ ਦੇ ਦਿੱਤੀ ਗਈ ਹੈ ਗੱਲ ਜੇਕਰ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਸਲਾਹ ਦੇ ਦਿੱਤੀ ਹੈ ਪਰ ਉਹਨਾਂ ਨੇ ਸਲਾਹ ਭਗਵੰਤ ਮਾਨ ਨੂੰ ਨਹੀਂ ਦਿੱਤੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਸਲਾਹ ਦਿੱਤੀ ਹੈ ਸੀਐਮ ਅਰਵਿੰਦ ਕੇਜਰੀਵਾਲ ਜੀ ਜੇਕਰ ਆਪਣੀ ਬਦਲਾਖੋਰੀ ਚ ਪੰਜਾਬ ਦੀ ਸਾਖ ਅਤੇ ਪ੍ਰਤਿਭਾ ਨੂੰ ਦਾ ਉੱਤੇ ਲਗਾਉਣ ਤੋਂ ਬਾਅਦ ਚੈਨ ਮਿਲ ਗਿਆ ਹੋਵੇ ਦਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਆਪਣੇ ਸੂਬੇ ਦੀ ਸੇਵਾ ਕਰਨ ਦਵੋ ਪੰਜਾਬ ਦੀ ਕਾਨੂੰਨ ਵਿਵਸਥਾ ਪਹਿਲਾਂ ਹੀ ਤਰਸਯੋਗ ਹਾਲਾਤਾਂ ਤੋਂ ਗੁਜ਼ਰ ਰਹੀ ਹੈ ਉਹਨਾਂ ਨੇ ਤਾਂ ਸਲਾਹ ਵੀ ਭਗਵੰਤ ਮਾਨ ਨੂੰ ਨਹੀਂ ਦਿੱਤੀ ਹੈ ਅਰਵਿੰਦ ਕੇਜਰੀਵਾਲ ਨੂੰ ਇਹ ਸਲਾਹ ਦੇ ਦਿੱਤੀ ਹੈ ਸਿੱਧੀ ਕਿ ਜਿਉਣ ਦਿਓ ਸਾਨੂੰ ਪੰਜਾਬ ਸਰਕਾਰ ਨੂੰ ਅਤੇ ਪੰਜਾਬ ਪੁਲਿਸ ਨੂੰ ਆਪਣਾ ਕੰਮ ਕਰਨ ਦਿਓ ਤੁਸੀਂ ਤਾਂ ਸਾਡੀ ਸਾਖ ਹੀ ਦਾਤੇ ਲਾ ਦਿੱਤੀ ਹੈ ਪੰਜਾਬ ਦੇ ਹਾਲਾਤ ਤਰਸਯੋਗ ਨੇ ਪੰਜਾਬ ਪੁਲਿਸ ਨੂੰ ਪੰਜਾਬ ਦੇ ਹਾਲਾਤਾਂ ਨਾਲ ਨਜਿੱਠਣ ਦਿਓ ਇਹ ਸਲਾਹ ਅਰਵਿੰਦ ਕੇਜਰੀਵਾਲ ਨੂੰ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਦੇ ਦਿੱਤੀ ਗਈ ਹੈ ਭਗਵੰਤ ਮਾਨ ਨੂੰ ਸਲਾਹ ਕੁਮਾਰ ਵਿਸ਼ਵਾਸ ਨੇ ਵੀ ਦਿੱਤੀ ਹੈ ਡਾਕਟਰ ਕੁਮਾਰ ਵਿਸ਼ਵਾਸ ਦੇ ਵੱਲੋਂ ਵੀ ਇਸ ਮੁੱਦੇ ਤੇ ਟਵੀਟ ਕੀਤਾ ਗਿਆ ਹੈ ਆਪਣੇ ਟਵੀਟ ਦੇ ਵਿੱਚ ਕੁਮਾਰ ਵਿਸ਼ਵਾਸ ਭਗਵੰਤ ਮਾਨ ਨੂੰ ਕਹਿੰਦੇ ਨੇ ਕਿ ਮੇਰੇ ਛੋਟੇ ਭਰਾ ਭਗਵੰਤ ਮਾਨ ਖੁਦਾਰ ਪੰਜਾਬ ਨੇ 300 ਸਾਲਾਂ ਤੱਕ ਦਿੱਲੀ ਦੇ ਕਿਸੇ ਵੀ ਤਾਨਾਸ਼ਾਹ ਨੂੰ ਆਪਣੀ ਤਾਕਤ ਦੇ ਨਾਲ ਖੇਡਣਾ ਨਹੀਂ ਦਿੱਤਾ ਪੰਜਾਬ ਨੇ ਤੇਰੀ ਪਗੜੀ ਨੂੰ ਤਾਜ ਸੌਂਪਿਆ ਹੈ ਕਿਸੇ ਬੌਣੇ ਦੁਰਯੋਧਨ ਨੂੰ ਨਹੀਂ ਭਾਵ ਸੱਤਾ ਤੈਨੂੰ ਸੌਂਪੀ ਹੈ ਕਿਸੇ ਹੋਰ ਨੂੰ ਨਹੀਂ ਅਰਵਿੰਦ ਕੇਜਰੀਵਾਲ ਨੂੰ ਨਹੀਂ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਅਤੇ ਉਹਨਾਂ ਦੀ ਪੁਲਿਸ ਦਾ અપਮਾਨ ਨਾ ਕਰ ਪਗੜੀ ਸੰਭਾਲ ਜੱਟਾ ਸਲਾਹ ਕੁਮਾਰ ਵਿਸ਼ਵਾਸ ਦੇ ਵੱਲੋਂ ਵੀ ਦੇ ਦਿੱਤੀ ਗਈ ਹੈ ਅਪੀਲ ਕੀਤੀ ਗਈ ਹੈ ਕਿ ਇਦਾਂ ਨਾ ਕਰ ਆਪਣੀ ਪੱਗ ਦੀ ਇੱਜ਼ਤ ਰੱਖ ਜਿਹੜਾ ਪੰਜਾਬ ਹੈ ਦਿੱਲੀ ਦੇ ਤਾਨਾਸ਼ਾਹਾਂ ਦੇ ਅੱਗੇ ਨਹੀਂ ਚੁੱਕਦਾ ਆਪਣੇ ਤਾਕਤ ਦਾ ਇਸਤੇਮਾਲ ਨਹੀਂ ਕਰਨ ਦਿੰਦਾ ਪਰ ਤੂੰ ਕਰਨ ਦੇ ਰਿਹਾ ਏ ਇਹ ਕਹਿਣ ਦੀ ਕੋਸ਼ਿਸ਼ ਹੈ ਅਸਿੱਧੇ ਤਰੀਕੇ ਨਾਲ ਇਹ ਕਹਿਣ ਦੀ ਕੋਸ਼ਿਸ਼ ਹੈ ਇੱਥੇ ਕੁਮਾਰ ਵਿਸ਼ਵਾਸ ਦੇ ਵੱਲੋਂ ਕੀਤੀ ਗਈ ਹੈ ਗੱਲ ਜੇਕਰ ਪਟਿਆਲਾ ਦੇ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਦੀ ਕੀਤੀ ਜਾਵੇ ਤਾਂ ਉਹ ਵੀ ਕਾਫੀ ਗੁੱਸੇ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਹੈ ਅਤੇ ਇਸ ਟਵੀਟ ਦੇ ਵਿੱਚ ਉਹ ਵੀ ਰੱਜ ਕੇ ਪੜਾਸ ਕੱਢਦੇ ਦਿਖਾਈ ਦਿੰਦ ਨੇ ਅੱਜ ਫੇਰ ਪੰਜਾਬ ਪੁਲਿਸ ਦੀ ਵੱਡੀ ਟੁਕੜੀ ਇੱਕ ਟਵੀਟ ਕਰਨ ਤੇ ਦਿੱਲੀ ਕੇਸੇ ਤੇਜندر ਬੱਗੇ ਨੂੰ ਫੜਨ ਨਾ ਚਲੀ ਗਈ ਆਖੇ ਉਹਨੇ ਕੇਜਰੀਵਾਲ ਵਿਰੁੱਧ ੜਕਾਊ ਟਵੀਟ ਕੀਤਾ ਸੀ ਦਿੱਲੀ ਵਾਲੇ ਆਪਣਾ ਰੌਲਾ ਦਿੱਲੀ ਨਿਬੇੜੋ ਕੇਜਰੀਵਾਲ ਵੱਲੋਂ ਪੰਜਾਬ ਪੁਲਿਸ ਨੂੰ ਸਿਆਸੀ ਰੰਜਸ਼ ਕੱਢਣ ਲਈ ਵਰਤਣਾ ਸ਼ਰਮਨਾਕ ਹੈ ਕੇਜਰੀਵਾਲ ਕੌਣ ਹੁੰਦਾ ਪੰਜਾਬ ਪੁਲਿਸ ਨੂੰ ਵਰਤਣ ਵਾਲਾ ਪੰਜਾਬ ਦੇ ਕਾਨੂੰਨ ਦਾ ਬੁਰਾ ਹਾਲ ਹੈ ਭਗਵੰਤ ਮਾਨ ਜੀ ਮੁੱਖ ਮੰਤਰੀ ਤੁਸੀਂ ਉਹ ਕੇਜਰੀਵਾਲ ਨਹੀਂ ਪੁਲਿਸ ਦੇ ਸਿਆਸੀ ਵਰਤੋਂ ਬੰਦ ਕਰੋ ਇਸ ਤਰ੍ਹਾਂ ਇਹਨਾਂ ਸਾਰੇ ਲੀਡਰਾਂ ਦੇ ਵੱਲੋਂ ਭਗਵੰਤ ਮਾਨ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਕੇਜਰੀਵਾਲ ਦੇ ਪਿਛੇ ਨਾ ਲੱਗ ਪੰਜਾਬ ਪੁਲਿਸ ਦੀ ਵਰਤੋਂ ਅਰਵਿੰਦ ਕੇਜਰੀਵਾਲ ਨੂੰ ਨਾ ਕਰਨ ਦੇ ਪੰਜਾਬ ਨੇ ਤੈਨੂੰ ਮੁੱਖ ਮੰਤਰੀ ਬਣਾਇਆ ਜਿਹੀ ਭਾਸ਼ਾ ਇਹਨਾਂ ਵੱਡੇ ਵੱਡੇ ਲੀਡਰਾਂ ਦੇ ਵੱਲੋਂ ਵਰਤੀ ਜਾ ਰਹੀ ਹੈ ਕਿ ਭਗਵੰਤ ਮਾਨ ਜੀ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ ਅਰਵਿੰਦ ਕੇਜਰੀਵਾਲ ਨੂੰ ਨਹੀਂ ਜਰਾ ਪੈਰਾਂ ਸਿਰ ਖੜਨਾ ਚਾਹੀਦਾ ਹੈ ਕੋਈ ਕਹਿੰਦਾ ਹੈ ਕਿ ਪਗੜੀ ਸੰਭਾਲ ਜੱਟਾ ਕੋਈ ਕਹਿੰਦਾ ਹੈ ਕਿ ਆਪਣੀ ਜ਼ਿੰਮੇਵਾਰੀ ਸਮਝੋ ਕੋਈ ਕਹਿ ਰਿਹਾ ਹੈ ਕਿ ਕੇਜਰੀਵਾਲ ਨੂੰ ਹੁਣ ਨਾ ਕਰਨ ਦਾ ਸਮਾਂ ਆ ਗਿਆ ਹੈ ਉਹਦੇ ਆਡਰਾਂ ਨੂੰ ਮੰਨਣ ਤੋਂ ਨਾ ਕਰਨ ਦਾ ਸਮਾਂ ਆ ਗਿਆ ਹੈ ਸਾਰੇ ਲੀਡਰ ਇੱਕਜੁੱਟ ਹੋ ਕੇ ਇਹ ਗੱਲ ਕਹਿਣਾ ਚਾਹੁੰਦੇ ਨੇ ਕਿ ਭਗਵੰਤ ਨੂੰ ਹੁਣ ਪੰਜਾਬ ਦਾ ਮੁੱਖ ਮੰਤਰੀ ਬਣ ਜਾਣਾ ਚਾਹੀਦਾ ਹੈ ਅਤੇ ਅਰਵਿੰਦ ਕੇਜਰੀਵਾਲ ਦੇ ਹੱਥਾਂ ਦੇ ਵਿੱਚ ਨਹੀਂ ਖੇਡਣਾ ਚਾਹੀਦਾ ਵਿਰੋਧੀ ਧਿਰਾਂ ਸਿੱਧੇ ਤੌਰ ਤੇ ਭਗਵੰਤ ਮਾਨ ਨੂੰ ਇਹ ਸਲਾਹਾਂ ਦਿੰਦੀਆਂ ਦਿਖਾਈ ਦਿੰਦੀਆਂ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਅਗਲੀ ਖਬਰ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੀ ਜੁੜੀ ਹੋਈ ਹੈ ਆਰਟੀਆਈ ਪਾਈ ਗਈ ਇੱਕ ਖੁਲਾਸਾ ਹੋਇਆ ਭਗਵੰਤ ਮਾਨ ਕਟਾਰੇ ਦੇ ਵਿੱਚ ਖੜ ਗਏ ਸਵਾਲਾਂ ਦੇ ਵਿੱਚ ਘਿਰ ਗਏ ਹਰਮਿਲਾਪ ਸਿੰਘ ਗਰੇਵਾਲ ਨਾਮਕ ਵਿਅਕਤੀ ਦੇ ਵੱਲੋਂ ਆਰਟੀਆਈ ਪਾਈ ਗਈ ਕਿ ਗੁਜਰਾਤ ਦੌਰੇ ਤੇ ਭਗਵੰਤ ਮਾਨ ਦੇ ਵੱਲੋਂ ਕਿੰਨਾ ਖਰਚਾ ਕੀਤਾ ਗਿਆ ਪੰਜਾਬ ਦੇ ਸਿਵਲ ਐਵੀਏਸ਼ਨ ਡਿਪਾਰਟਮੈਂਟ ਦੇ ਵੱਲੋਂ ਇਸ ਦਾ ਜਵਾਬ ਦਿੱਤਾ ਗਿਆ ਜਵਾਬ ਇਹ ਆਇਆ ਕਿ ਗੁਜਰਾਤ ਦੇ ਵਿੱਚ ਜਾ ਕੇ ਇੱਕ ਜਹਾਜ਼ ਭਗਵੰਤ ਮਾਨ ਦੇ ਵੱਲੋਂ ਕਿਰਾਏ ਤੇ ਲਿਆ ਗਿਆ ਸੀ ਜਿਸ ਦਾ 45 ਲੱਖ ਰੁਪਏ ਦਾ ਬਿੱਲ ਪੰਜਾਬ ਸਰਕਾਰ ਨੂੰ ਪਹੁੰਚ ਗਿਆ ਹੈ ਭਾਵ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਕੀਤਾ ਭਗਵੰਤ ਮਾਨ ਨੇ ਉਥੇ ਹਵਾਈ ਝੂਟੇ ਲੈ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਦੇ ਲਈ ਅਤੇ ਉਸ ਦਾ ਪੈਸਾ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਭਰਿਆ ਜਾਵੇਗਾ RTI ਦੇ ذریعے ਇਹ ਖੁਲਾਸਾ ਹੋਇਆ ਟਾਈਮਜ਼ ਆਫ ਇੰਡੀਆ ਦੇ ਵਿੱਚ ਛਪੀ ਖਬਰ ਦੇ ਮੁਤਾਬਕ ਇਹ ਖਰਚਾ ਹੁਣ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਦਿੱਤਾ ਜਾਵੇਗਾ ਅਤੇ ਇਹ ਗੱਲ ਇਥੇ ਸਰਕਾਰ ਨੇ ਮੰਨ ਵੀ ਲਈ ਹੈ ਗੱਲ ਜੇਕਰ ਪੂਰੇ ਅੰਕੜੇ ਦੀ ਕੀਤੀ ਜਾਵੇ ਕਿ ਟੋਟਲ ਅੰਕੜਾ ਹੈ ਕਿੰਨਾ ਸੀ ਵੈਸੇ 45 ਲੱਖ ਦੇ ਕਰੀਬ ਹੈ ਪਰ ਇਸ ਦੇ ਵਿੱਚ ਸਿੱਧੇ ਤੌਰ ਤੇ ਜੇਕਰ ਪੂਰੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ 44,85,967 ਰੁਪਏ ਦਾ ਬਿੱਲ ਇਥੇ ਗੁਜਰਾਤ ਦੇ ਵੱਲੋਂ ਭੇਜ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੂੰ ਸਵਾਲ ਉੱਠ ਗਏ ਕਿ ਪਾਰਟੀ ਦਾ ਪ੍ਰਚਾਰ ਕਰਨਾ ਹੈ ਤਾਂ ਪਾਰਟੀ ਦੇ ਪੈਸਿਆਂ ਤੇ ਕਰਨਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਦੇ ਪੈਸਿਆਂ ਤੇ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਗੁਜਰਾਤ ਦੇ ਵਿੱਚ ਕਿਉਂ ਕੀਤਾ ਜਾਵੇ ਇਹ ਸਵਾਲ ਭਗਵੰਤ ਮਾਨ ਤੇ ਉੱਠਣ ਲੱਗ ਪਏ ਨੇ ਕਿਉਂਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਇਹੀ ਸਵਾਲ ਵਿਰੋਧੀ ਲੀਡਰਾਂ ਤੇ ਚੁੱਕਦੇ ਸਨ ਕਿ ਆਪਣੇ ਪੱਲਿਓ ਪੈਸੇ ਖਰਚਿਆ ਕਰੋ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਤੁਸੀਂ ਹਵਾਈ ਝੂਟੇ ਕਿਉਂ ਲੈਂਦੇ ਹੋ ਜਦੋਂ ਕੋਈ ਜ਼ਰੂਰੀ ਹੈ ਉਦੋਂ ਤਾਂ ਹੈਲੀਕਾਪਟਰ ਵਰਤੋ ਜਹਾਜ਼ ਵਰਤੋ ਪਰ ਜਦੋਂ ਜ਼ਰੂਰੀ ਨਹੀਂ ਹੈ ਉਦੋਂ ਤੁਸੀਂ ਫਿਰ ਲੋਕਾਂ ਦੇ ਪੈਸੇ ਨੂੰ ਅਜਾਈ ਕਿਉਂ ਗਵਾਉਂਦੇ ਹੋ ਇਹ ਸਵਾਲ ਭਗਵੰਤ ਮਾ ਚੁੱਕਦੇ ਸਨ ਅਤੇ ਆਪ ਹੀ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਘਿਰ ਗਏ ਨੇ ਅਗਲੀ ਖਬਰ ਦੇ ਵੱਲ ਵਧਦੇ ਹਾਂ ਅਗਲੀ ਖਬਰ ਵੀ ਪੈਸੇ ਨੂੰ ਅਜਾਈ ਉਡਾਉਣ ਦੇ ਨਾਲ ਹੀ ਜੁੜੀ ਹੋਈ ਹੈ ਐਡ ਦਿੱਤੀ ਗਈ ਵਿਗਿਆਪਨ ਦਿੱਤਾ ਗਿਆ ਭਗਵੰਤ ਸਿੰਘ ਮਾਨ ਦੇ ਵੱਲੋਂ ਕਿ ਪੰਜਾਬ ਦਾ ਬਜਟ ਇਸ ਵਾਰ ਪੰਜਾਬ ਦੇ ਲੋਕਾਂ ਤੋਂ ਪੁੱਛ ਕੇ ਬਣਾਇਆ ਜਾਵੇਗਾ ਪੰਜਾਬ ਦੀਆਂ ਸਾਰੀਆਂ ਵੱਡੀਆਂ-ਵੱਡੀਆਂ ਅਖਬਾਰਾਂ ਦੇ ਵਿੱਚ ਫਰੰਟ ਪੇਜ ਵਿਗਿਆਪਨ ਦਿੱਤਾ ਗਿਆ ਲੱਖਾਂ ਰੁਪਏ ਅਖਬਾਰਾਂ ਨੂੰ ਦਿੱਤੇ ਗਏ ਵਿਗਿਆਪਨ ਛਾਪਣ ਦੇ ਲਈ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਦੂਜੀਆਂ ਸੂਬਿਆਂ ਦੀਆਂ ਅਖਬਾਰਾਂ ਦੇ ਵਿੱਚ ਵੀ ਫਰੰਟ ਪੇਜ ਵਿਗਿਆਪਨ ਦੇ ਦਿੱਤੇ ਗਏ ਉਹੀ ਵਿਗਿਆਪਨ ਕਿ ਤੁਸੀਂ ਪੰਜਾਬ ਦਾ ਬਜਟ ਬਣਾਉਣ ਦੇ ਵਿੱਚ ਸਾਡੀ ਮਦਦ ਕਰੋ ਕੀ ਤੁਹਾਡਾ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਹੈ ਤੁਸੀਂ ਆਪਣੀ ਰਾਏ ਦਿਓ ਕਿ ਬਜਟ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਮਹਾਰਾਸ਼ਟਰ ਦੇ ਵਿੱਚ ਗੁਜਰਾਤ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਹੋਰ ਦੂਜੇ ਸੂਬਿਆਂ ਦੇ ਵਿੱਚ ਵੀ ਲੋਕਾਂ ਤੋਂ ਪੁੱਛਿਆ ਜਾਣ ਲੱਗ ਪਿਆ ਕਿ ਤੁਸੀਂ ਸਾਨੂੰ ਦੱਸੋ ਕਿ ਪੰਜਾਬ ਦਾ ਬਜਟ ਬਣਾਈਏ ਕਿਵੇਂ ਜਿਉਂ ਹੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇਹ ਕੰਮ ਕੀਤਾ ਗਿਆ ਵਿਰੋਧੀ ਪਾਰਟੀਆਂ ਟੁੱਟ ਕੇ ਪੈ ਗਈਆਂ ਅਕਾਲੀ ਦਲ ਕਹਿੰਦਾ ਹੈ ਕਿ ਇਹ ਕੀ ਹੋ ਰਿਹਾ ਹੈ ਦੂਜੇ ਸੂਬਿਆਂ ਦੇ ਲੋਕ ਪੰਜਾਬ ਦੇ ਬਜਟ ਬਾਰੇ ਕਿਉਂ ਦੱਸਣਗੇ ਪੰਜਾਬੀਆਂ ਤੱਕ ਤਾਂ ਗੱਲ ਪਹੁੰਚਾਉਣੀ ਆ ਚਲੋ ਮੰਨ ਲਿਆ ਵੈਸੇ ਪੰਜਾਬ ਦੇ ਵਿੱਚ ਵੀ ਅਕਾਲੀ ਦਲ ਕਹਿੰਦਾ ਹੈ ਕਿ ਬਹੁਤ ਪੈਸੇ ਤੁਸੀਂ ਉਜਾੜ ਰਹੇ ਹੋ ਉਡਾ ਰਹੇ ਹੋ ਪਰ ਦੂਜੇ ਸੂਬਿਆਂ ਦੇ ਲੋਕਾਂ ਦੇ ਕੋਲੋਂ ਪੰਜਾਬ ਦੇ ਬਜਟ ਬਾਰੇ ਪੁੱਛਣ ਦਾ ਕੀ ਮਤਲਬ ਬਣਦਾ ਹੈ ਬਸ ਆਪਣੀ ਮਸ਼ਹੂਰੀ ਤੇ ਲੱਗੀ ਹੋਈ ਹੈ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਲੋਕਾਂ ਦਾ ਪੈਸਾ ਅਜਾਈ ਭਗਵੰਤ ਸਿੰਘ ਮਾਨ ਦੇ ਵੱਲੋਂ ਉਡਾਇਆ ਜਾ ਰਿਹਾ ਹੈ ਇਹ ਇਲਜ਼ਾਮ ਇਹ ਵੱਡੇ ਇਲਜ਼ਾਮ ਪੰਜਾਬ ਦੇ ਮੁੱਖ ਮੰਤਰੀ ਤੇ ਲੱਗ ਗਏ ਨੇ ਅਗਲੀ ਖਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਦੇ ਨਾਲ ਜੁੜੀ ਹੋਈ ਹੈ ਲਗਾਤਾਰ ਐਲਾਨ ਤੇ ਐਲਾਨ ਭਗਵੰਤ ਮਾਨ ਦੇ ਵੱਲੋਂ ਕੀਤਾ ਜਾ ਰਿਹਾ ਹੈ ਹੁਣ ਕਿਸਾਨਾਂ ਦੇ ਲਈ ਇੱਕ ਹੋਰ ਵੱਡਾ ਐਲਾਨ ਭਗਵੰਤ ਸਿੰਘ ਮਾਨ ਨੇ ਕਰ ਦਿੱਤਾ ਹੈ ਮੂੰਗੀ ਤੇ ਐਮਐਸਪੀ ਦੇਵਾਂਗੇ ਇਹ ਵੱਡਾ ਐਲਾਨ ਕੀਤਾ ਹੈ ਕਿਉਂਕਿ ਹੁਣ ਤੱਕ ਪੰਜਾਬ ਦੇ ਵਿੱਚ ਦੋ ਫਸਲਾਂ ਤੇ ਐਮਐਸਪੀ ਮਿਲਦੀ ਹੈ ਕਣਕ ਅਤੇ ਝੋਨਾ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਜਿਹੜੇ ਕਿਸਾਨ ਹੋਣਾ ਮੂੰਗੀ ਬੀਜਣਾ ਚਾਹੁੰਦੇ ਨੇ ਬੀਜ ਲਓ ਸਾਡੀ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਤੇ ਮੂੰਗੀ ਨੂੰ 100% ਖਰੀਦੇਗੀ ਮੰਡੀਆਂ ਦੇ ਵਿੱਚ ਨਹੀਂ ਰਹਿਣ ਦੇਗੀ 100% ਖਰੀਦਾਂਗੇ ਅਤੇ ਐਮਐਸਪੀ ਤੇ ਖਰੀਦਾਂਗੇ ਪਰ ਇੱਕ ਸ਼ਰਤ ਰੱਖ ਦਿੱਤੀ ਗਈ ਹੈ ਕਿ ਮੂੰਗੀ ਤੋਂ ਬਾਅਦ ਜਾਂ ਤਾਂ ਝੋਨੇ ਦੀ 126 ਕਿਸਮ ਵੀ ਜਣੀ ਹੈ ਜਾਂ ਫਿਰ ਬਾਸਮਤੀ ਬੀਜਣੀ ਹੈ ਫਿਰ ਅਸੀਂ ਤੁਹਾਡੀ ਮੂੰਗੀ ਐਮਐਸਪੀ ਤੇ ਖਰੀਦਾਂਗੇ ਦਰਸਲ ਧਰਤੀ ਹੇਠਲੇ ਪਾਣੀ ਦੇ ਪੱਦਰ ਨੂੰ ਡਿੱਗਦਿਆਂ ਵੇਖ ਕੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਅੱਜ ਇਹ ਫੈਸਲੇ ਲਏ ਜਾ ਰਹੇ ਨੇ ਇਸੇ ਕਰਕੇ ਹੀ ਕਹਿੰਦੇ ਨੇ ਕਿ ਜਿਹੜੀ ਝੋਨੇ ਦੀ 126 ਕਿਸਮ ਹੁੰਦੀ ਆ ਉਹ ਪਾਣੀ ਘੱਟ ਖਿੱਚਦੀ ਐ ਬਾਸਮਤੀ ਵੀ ਪਾਣੀ ਘੱਟ ਖਿੱਚਦੀ ਐ ਇਸੇ ਕਰਕੇ ਹੀ ਭਗਵੰਤ ਮਾਨ ਨੇ ਐਲਾਨ ਕੀਤਾ ਐ ਕਿ ਮੂੰਗੀ ਐਮਐਸਪੀ ਤੇ ਖਰੀਦਾਂਗੇ ਪਰ ਉਸ ਤੋਂ ਬਾਅਦ ਜਾਂ ਤਾਂ 126 ਲਾਓ ਜਾਂ ਫਿਰ ਬਾਸਮਤੀ ਦੀ ਫਸਲ ਤੁਸੀਂ ਬੀਜਿਓ ਉਹ ਅਸੀਂ ਐਮਐਸਪੀ ਤੇ ਖਰੀਦਾਂਗੇ ਕਿਸਾਨਾਂ ਨੂੰ ਇਹ ਆਫਰ ਭਗਵੰਤ ਮਾਨ ਸਰਕਾਰ ਦੇ ਵੱਲੋਂ ਦਿੱਤਾ ਗਿਆ ਏ ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜਾਂ ਫਿਰ ਸਾਡੇ ਇਸ ਸ਼ੋਅ ਪੰਜਾਬੀ ਪ੍ਰੈਮ ਟਾਈਮ ਬਾਰੇ ਤੁਹਾਡੀ ਕੋਈ ਵੀ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਆਜ ਰਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ